ਉਦੋਂ ਬਾਅਦ ਜਿਹੜੇ ਗੁੱਜਰਾਂ ਨੇ ਪੀਤੀ ਸੀ ਕਈ ਬੰਨੇ ਨੇ, ਉਹਨਾਂ ਦੀ ਮੌਤ ਹੋ ਗਈ। ਚਾਰ ਮੌਤਾਂ ਦਾ ਮੈਂ ਪੋਸਟਮਾਰਟਮ ਅੱਜ ਕਰਾਊਂਗਾ, ਚਾਰ ਦਾ ਕੱਲ ਹੋਇਆ ਸੀ। ਕੀ ਨਾਮ ਭਾਈ ਆਪਣਾ? ਜਾਨ ਢਾਈ। ਕਿਹੜੇ ਪਿੰਡ ਤੋਂ ਆਏ ਹੋ? ਖੰਡੋਲੀ ਖੁਰਦ ਤੋਂ। ਹਾਂਜੀ, ਖੰਡੋਲੀ ਖੁਰਦ ਤੋਂ। ਕਿਹੜਾ ਜ਼ਿਲ੍ਹਾ? ਕਿਹੜਾ ਪਿੰਡ? ਸੰਗਰੂਰ। ਕੀ ਕੀ ਹੋਇਆ ਤੁਹਾਡਾ, ਜਿਹੜਾ ਮ੍ਰਿਤਕ ਆ ਤੁਹਾਡੇ ਕੀ ਲੱਗਦੇ ਸੀ? ਇਹ ਮੇਰਾ ਮੁੰਡਾ ਜੀ। ਕੀ ਨਾਮ ਸੀ ਇਹਨਾਂ ਦਾ? ਕੁਲਦੀਪ ਸਿੰਘ। ਕਿੰਨੀ ਉਮਰ ਇਹਨਾਂ ਦੀ? 26 ਸਾਲ ਦਾ ਜੀ। ਕੀ ਹੋਇਆ, ਕੀ ਹੈ? ਇਹ ਦਾਰੂ ਦੂਰੂ ਲਿਆਇਆ ਜੀ ਕਿਤੇ ਮੁੰਡੇ ਨਾਲ ਰਲ ਕੇ ਪੀ ਲਈ। ਚੱਲ ਮੈਂ ਕਾਕਣ ਡੇ ਨੂੰ ਵਗਿਆ, ਦੂਏ ਦਿਨ ਤੜਕੀ ਇਹ ਪਿਆ ਦਿਨ ਚੜੇ ਉੱਠਦਾ ਹੁੰਦਾ, ਜਦੋਂ ਨੂੰ ਅਸੀਂ ਕਾਕਣਡਾ ਲੈ ਕੇ, ਉਹ ਕਹਿੰਦਾ ਮੈਨੂੰ ਦੇਖਣ ਹਟ ਗਿਆ। ਫਿਰ ਉਸ ਤੋਂ ਬਾਅਦ ਚਾਚੂ ਪੀਤੀ 2 ਵਜੇ, ਇਹਨਾਂ ਨੂੰ ਮੈਨੂੰ ਪੁਲਿਸ ਵਾਲਿਆਂ ਦਾ ਫੋਨ ਆਇਆ ਥਾਣੇ 'ਚ, ਉਹ ਕਹਿੰਦੇ ਵੀ ਤੁਹਾਡਾ ਮੁੰਡਾ ਫਲਾਨੇ ਬੰਦੇ ਤੋਂ ਸ਼ਰਾਬ ਲਿਆ। ਮਖਾਂ ਮੈਂ ਪੁੱਛਿਆ, ਕਹਿੰਦੇ ਹਾਂ ਜੀ। ਉਹ ਕਹਿੰਦੇ ਪੀਓ ਨਾ, ਕਹਿੰਦੇ ਇਹਦਾ ਜ਼ਹਿਰ ਆ। ਉਹ ਜਦੋਂ ਆ ਗਏ ਸਾਨੂੰ ਸੰਗਰੂਰ ਹਸਪਤਾਲ 'ਚ ਦਾਖਲ ਕਰਕੇ, ਜਿਹੜੀ ਬਚੀ ਪਈ ਤੀ ਉਹ ਉਹਨਾਂ ਨੂੰ ਚੁਕਾ। ਮਤਲਬ ਨਜਾਇਜ਼ ਗਲਤ ਸ਼ਰਾਬ ਦੀ ਟੀਮ ਦੇ ਕੰਮ 'ਚ ਹੋਇਆ? ਹਾਂ ਹਾਂ। ਸ਼ਰਾਬ ਕਿੱਥੋਂ ਲੈ ਕੇ ਆਇਆ ਸੀ? ਉਹ ਤਾਂ ਗੁੱਜਰਾਂ ਤੋਂ ਲਿਆਇਆ ਜੀ। ਸ਼ਰਾਬ ਕਿੱਥੇ? ਪੰਜਾਬ ਦੀ? ਪੰਜਾਬ ਦੀ ਨੀਤੀ ਜੀ, ਹਰਿਆਣੇ ਦੀ। ਹਰਿਆਣੇ ਦੀ। ਤੁਹਾਡੇ ਪਿੰਡ ਦੇ ਕੋਈ ਹੋਰ ਬੰਦਿਆਂ ਨੇ ਵੀ ਪੀਤੀ ਉਹ ਸ਼ਰਾਬ? ਨਾ ਜੀ। ਅੱਛਾ, ਤੁਹਾਡੇ ਨਾਲ ਆਲੇ ਦੁਆਲੇ ਕੋਈ ਕਿਸੇ ਹੋਰ? ਨਾ ਨਾ, ਇਹ ਇਕੱਲੇ ਨਹੀਂ ਪੀਤੀ ਜੀ। ਤੇ ਹੁਣ ਉਸ ਤੋਂ ਬਾਅਦ ਮੌਤ ਹੋ ਜਾਂਦੀ ਆ? ਉਦੋਂ ਬਾਅਦ ਜਿਹੜੇ ਗੁੱਜਰਾਂ ਦੇ ਨੇ ਪੀਤੀ ਸੀ ਕਈ ਬੰਦੇ ਨੇ, ਉਹਨਾਂ ਦੀ ਮੌਤ ਹੋ ਗਈ। ਉਹਨਾਂ 'ਚ ਕਿੰਨੇ ਕੁ ਗੁਜਰੇ? 2-3 ਬੰਦੇ ਮਰ ਗਏ ਜੀ। ਅੱਛਾ, ਮਤਲਬ ਟੋਟਲ 4 ਬੰਦੇ ਹੈਗੇ? ਹਾਂ, ਨਾ ਉਹ ਆਪਣੇ ਅਲੱਗ ਪਿੰਡ ਦੇ ਨੇ। ਉਹ ਅਲੱਗ ਪਿੰਡ ਦੇ ਨੇ? ਹਾਂ। ਡਾਕਟਰ ਨੇ ਸਾਨੂੰ ਉਰੇ ਦਾ ਪਰਚਾ ਕਰ। ਉਸ ਮਾਮਲੇ 'ਚ ਪੁਲਿਸ ਨੇ ਕੋਈ ਕਾਰਵਾਈ ਕੀਤੀ? ਨਾ ਜੀ, ਉੱਥੇ ਕੋਈ ਕਾਰਵਾਈ ਨਹੀਂ ਕੀਤੀ। ਉਹ ਬੰਦਾ ਫੜਿਆ ਗਿਆ ਜਿਸ ਤੋਂ ਸ਼ਰਾਬ ਲਿਆ? ਹਾਂ ਜੀ, ਉਹਨਾਂ ਫੜਿਆ ਗਿਆ, ਤਾਂ ਹੀ ਪਤਾ ਲੱਗਿਆ ਅੱਛਾ ਉਹਨਾਂ ਨੂੰ। ਉਸੇ ਨੇ ਦੱਸਿਆ ਜੀ ਮੈਂ ਫਲਾਣੇ ਫਲਾਣੇ ਨੂੰ ਦਾਰੂ ਦਿੱਤੀ ਆ। ਸਾਨੂੰ ਨੀ ਪਤਾ ਕੁਦਰਤੀ ਜਵਾਕ ਦੀ ਖਬਰ ਲਿਆ ਜਲੂ ਚ ਕਿਵੇਂ ਆਇਆ, ਕਿਵੇਂ ਉਹ ਹੋਇਆ ਵੀ। ਚਲੋ ਜੇ ਹੁਣ ਕੋਈ ਗਲਤ ਸਟੈਪ ਹੋਇਆ ਤਾਂ ਆਪਾਂ ਨੂੰ ਪਤਾ ਲੱਗਿਆ। ਮਤਲਬ ਦੂਜੇ ਸਟੇਟ ਦੀ ਸ਼ਰਾਬ ਪੀਣ ਦੇ ਨਾਲ ਹੀ? ਹਾਂ, ਐਂ ਤਾਂ ਹੁਣ ਦੁਨੀਆ ਪੀਂਦੀ ਆ ਜੀ। ਇਹ ਇਸ ਕੇਸ ਦੀ ਤਫਤੀਸ਼ ਇੰਸਪੈਕਟਰ ਗੁਰਮੀਤ ਸਿੰਘ ਮੁੱਖ ਅਫਸਰ ਥਾਣਾ ਦਿੜਬਾ ਅਮਲ ਵਿੱਚ ਲਿਆ ਰਹੇ ਨੇ। ਮੁਕੱਦਮਾ ਦਰਜ ਹੋ ਚੁੱਕਾ ਹੈ ਜੀ? ਹਾਂਜੀ ਹਾਂਜੀ, ਕਾਰਵਾਈ ਵਗੈਰਾ ਕੁਝ ਪਤਾ ਹੈ? ਇਹ ਚ ਦੋਸ਼ੀਆਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ, ਬਾਕੀ ਅੱਜ ਜੋ ਅਗਲੀ ਤਫਤੀਸ਼ ਹੈ ਹੋਰ ਵੀ ਤੱਥ ਸਾਹਮਣੇ ਹੋਣਗੇ ਤਾਂ ਉਹ ਵੀ ਅਮਲ ਵਿੱਚ ਲਿਆ। ਪੋਸਟਮਾਰਟਮ ਵਗੈਰਾ ਕਰਾਇਆ ਜਾ ਰਿਹਾ? ਇਹ ਕਰਾ ਰਿਹਾ ਹੈ, ਕਰਾਉਣ ਆਇਆ ਥਾਣਾ ਦਿੜਬਾ ਤੋਂ ਆਇਆ ਮੈਂ। ਇਸ ਕਿੰਨੀਆਂ ਮੌਤਾਂ ਹੋਈਆਂ ਇਹਦੇ ਵਿੱਚ? ਅੱਜ 4 ਮੌਤਾਂ ਦਾ ਮੈਂ ਪੋਸਟਮਾਰਟਮ ਅੱਜ ਕਰਾਊਂਗਾ, 4 ਦਾ ਕੱਲ ਹੋਇਆ ਸੀ। ਇਹ ਟੋਟਲ 8 ਮੌਤਾਂ ਹੋਈਆਂ? ਹਾਂਜੀ ਹਾਂਜੀ। ਇਹਦੇ ਸਾਰਿਆਂ ਦਾ ਪੋਸਟਮਾਰਟਮ ਇੱਥੇ ਪਟਿਆਲਾ ਹੀ ਹੋ ਰਿਹਾ? ਨਹੀਂ, 4 ਦਾ ਸਿਵਲ ਹਸਪਤਾਲ। ਇਹ ਸਾਰੇ ਇੱਕੋ ਹੀ ਇਲਾਕੇ ਦੇ ਨੇ ਜਾਂ ਵੱਖਰੇ ਵੱਖਰੇ? ਅਲੱਗ ਅਲੱਗ, ਮਤਲਬ ਕਿ ਹੈ ਪਿੰਡਾਂ 'ਚੋਂ ਨੇ, ਕੋਈ ਢੰਡੋਲੀ ਖੁਰ ਤੋਂ ਹੈ, ਕੋਈ ਉੱਪਲੀ ਤੋਂ ਹੈ, ਕੋਈ ਆਪਣੇ ਰਿਸ਼ਤੇਦਾਰੀ 'ਚ ਆਇਆ ਸੀ, ਉਸ ਗੁੱਜਰਾਂ ਪਿੰਡ ਦੇ। ਖਾਣਾ ਇੱਕੋ ਹੀ ਪੈਂਦਾ ਇਹਨਾਂ ਨੂੰ? ਨਹੀਂ ਨਹੀਂ ਜੀ, ਢੰਡੋਲੀ ਨੂੰ ਮਤਲਬ ਕਿ ਜਿਹੜੇ ਬਾਹਰ ਤੋਂ ਰਿਸ਼ਤੇਦਾਰ ਆਏ ਹੋਏ ਨੇ ਕੋਈ ਉੱਥੇ ਆਏ ਸੀ, ਉਹਨਾਂ ਨੂੰ ਅਲੱਗ ਥਾਣਾ ਪੈਂਦਾ ਹੈ, ਬਾਕੀ ਸਾਰਾ ਦਿੜਬਾ ਥਾਣੇ ਦੇ। ਗ੍ਰਿਫਤਾਰ ਕਿਹਨੇ? ਇਹ ਸੰਬੰਧੀ ਤਫਤੀਸ਼ ਮੁੱਖ ਅਫਸਰ ਥਾਣਾ ਦੱਸੋਗੇ? ਠੀਕ।